ऐते उते रखवाला प्रभु सतगुरु दीन दयाला। वाहिगुरु जी का खालसा, वाहिगुरु जी की फतेह। शहनशाह आलम वालिए दोज़ख आलोक परलोक के शाखायक सतगुरु श्री गुरु ग्रंथ साहिब पातशाह जी महाराज जी के पावन पवित्र चरणा नाल मन करके तन करके सुरती करके तथा वृत्ति करके जुड़ बैठे समूह गुरसिख माई भाई साध संगत जीओ जिन्ना भी का तर सतगुरु जी का धनवाद कर लिए उन्ना ही थोड़ा है। जो साढ़े थोड़े ते हर रोज अपार बख्शिश करते हैं अमृत वेले तो लैके देर रात तक अपना पावन पवित्र दरबार सजा के सानू तुहानू अपने दरों करन नवाजदे ने। कदे कदे मन विच इदां दा ख्याल आ जांदा है बादशाह भावें दरबार सजाए ते भावें ना सजाए उहदे ते कोई बहुता असर नहीं हुंदा, क्योंकि वह अपनियां ताकतां करके बादशाह है। संसार दा बादशाह ते शायद कई बार असी तुसी मेहने दर बदर होया फिरदा है, पर जिस गुरु दे असी पुजारी हाँ ए भावें आनंदपुर की धरती ते होवे ते भावें माछीवाड़े की सेज ते भावें ये बाबर की जेल विच ते भावें औरंगजेब की कैद विच, क्योंकि जिथे भी जाके बह जाता उत्थे ही बादशाह तेरी है। ऐसी बादशाह की सानू तुहानू हाजरी हजूरी प्राप्त होनी समझो इस दुनिया ते सब तो बड़ी प्राप्ति है। इहदे वर्गा होर दुनिया च कोई तख्त दा वारिस नहीं है। ये आदि काल तो है ते सदीव काल तक रहेगा। असी बड़भागे हाँ जिन्हां नूं गुरु पातशाह जी की गोद अंदर बैठ के अपने जीवन की चल रही धारा का विवेचन करन दा सुभाग प्राप्त हुंदा है। चल रहा लड़ीवार विचार प्रमा एक गलती कल रुक गए सानू संसार दे दीना ते तरस आउंदा है। अंधा है मनुख इस करके असीं उहदी सहायता करदे हाँ, चंगी बात है। ये मनुख दियां बाहां नहीं, इस करके असीं कोशिश करदे हाँ उहदा पारा हौला कम कर दईए। अनेक प्रकार की दीनताई है, कोई अखां तो नबीना है, कोई कन्ना तो हीणा है, कोई पैरां तो लूला है, कोई हत्थां तो सच पुछो ते पकड़ नहीं करदा। इसी तरह ही गुरमत की दुनिया विच शहनशाह आलम ना भुलदा होवां ते दूसरे सतगुरु जी का वचन है मेरे दाता जी आंदे ने दिसै सुनिए जानिए। हुणे तुसी कबीर जी का एक पावन वचन सुन रहे सो कि एक सकिंट का बिरखा भी बाबा कबीर जी चलण का हिया नहीं करते। हालां उहदे आरंभ विच शब्द है मुस मुस रोवे कबीर की माई,
ਇਹ ਬਾਰਕ ਕੈਸੇ ਜੀਵੋ ਰਗੁਰਾਈ ਤੰਨਾ ਬੁਨਣਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਹੈ ਸਰੀਰ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਮੈਂ ਇਸ ਕਰਕੇ ਇਹ ਕਿਰਤ ਛੱਡ ਦਿੱਤੀ ਹੈ। ਵੇਖੋ ਉਦਾਂ ਇੱਕ ਗੱਲ ਯਾਦ ਰੱਖਿਓ, ਜਿਨ੍ਹਾਂ ਬੰਦਿਆਂ ਦਾ ਸੁਭਾਅ ਹੈ ਨਾ ਮਤਲਬ ਪ੍ਰਸਤੀ ਦੀਆਂ ਪੰਕਤੀਆਂ ਚੁਣਨੀਆਂ, ਉਹ ਸ਼ਹਿ ਅਤੇ ਪੰਕਤੀ ਚੁਣ ਕੇ ਬਾਬਾ ਕਬੀਰ ਜੀ 'ਤੇ ਜਾਂ ਆਪਣੀ ਬੰਦਗੀ ਦੇ ਬਾਰੇ 'ਚ ਕੋਈ ਅਟੰਕਣ ਕਰਵਾ ਸਕਦੇ ਨੇ। ਦੋ ਗ੍ਰੰਥ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ, ਇੱਕ ਦਾ ਨਾਂ ਹੈ ਸ਼ਬਦ ਦੀ ਲੋਅ ਵਿੱਚੋਂ, ਇਹ ਪ੍ਰਿੰਸੀਪਲ ਹਰਭਜਨ ਸਿੰਘ ਜੀ ਦਾ ਲਿਖਿਆ ਹੋਇਆ ਸੀ। ਇੱਕ ਦਾ ਨਾਂ ਹੈ ਸ਼ਬਦ ਗਿਆਨ ਵਿੱਚੋਂ, ਇਹ ਗਿਆਨੀ ਹਰਭਜਨ ਸਿੰਘ ਜੀ ਦਾ ਲਿਖਿਆ। ਦੋਵਾਂ ਦਾ ਤੱਤ ਵਸਤੂ ਇੰਨਾ ਕਹਿ ਵੀ ਜਦੋਂ ਅਸੀਂ ਕਿਸੇ ਇੱਕ ਪੰਕਤੀ ਨੂੰ ਲੈ ਕੇ ਕਈ ਵਾਰੀ ਉਹਦੇ ਅਰਥ ਕਰਦੇ ਹਾਂ, ਸਹੀ ਮਾਇਨੇ 'ਚ ਅਸੀਂ ਉਸ ਪੰਕਤੀ ਨਾਲ ਨਿਆਂ ਨਹੀਂ ਕਰ ਰਹੇ ਹੁੰਦੇ। ਜਿਵੇਂ ਕਈ ਵਾਰੀ ਪ੍ਰਮਾਣ ਵਾਸਤੇ ਬੇਨਤੀ ਕਰਦਿਆਂ ਕਰਦਿਆਂ ਰਾਗੀ ਸਿੰਘਾਂ ਦੀ ਰਸਨਾ 'ਤੇ ਬੈਠ ਕੇ ਅਸੀਂ ਕਈ ਵਾਰੀ ਇਹ ਪਾਵਨ ਬਚਨ ਸੁਣਿਆ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਅਤੇ ਅਰਥ ਅਸੀਂ ਇਹਦਾ ਆਪਣੇ ਆਪ ਹੀ ਬਣਾ ਲੈਂਦੇ ਹਾਂ। ਉਸ ਬੰਦੇ ਨੂੰ ਲੱਖਾਂ ਹੀ ਪਾਤਸ਼ਾਹੀਆਂ ਲੱਖਾਂ ਹੀ ਖੁਸ਼ੀਆਂ ਦੀ ਪ੍ਰਾਪਤੀ ਹੋ ਜਾਏਗੀ ਜਿਹਦੇ 'ਤੇ ਗੁਰੂ ਆਪਣੀ ਨਿਗਾਹ ਕਰਦਾ। ਹੁਣ ਅਸੀਂ ਆਪੇ ਹੀ ਬਣਾ ਲਿਆ, ਜਦੋਂ ਕਿ ਹਕੀਕਤਨ ਇਸ ਪੰਕਤੀ ਦਾ ਇਹ ਅਰਥ ਕਦਾਚਿਤ ਨਹੀਂ ਹੈ। ਇਹਦਾ ਅਰਥ ਤਾਂ ਬਣੇਗਾ, ਨੰਬਰ 1 ਤੇ ਇਹਦੇ ਨਾਲ ਦੀ ਅਗਲੀ ਪੰਕਤੀ ਪੜ੍ਹਾਂਗੇ, ਨੰਬਰ 2 ਇਹ ਸੱਚ ਪੁੱਛੋ ਅਤੇ ਇੱਕ ਮੁਕਤੀ ਦੀ ਉਹ ਸਥਿਤੀ ਦਾ ਵਰਣਨ ਜਿਹਦਾ ਆਖਰੀ ਪੰਕਤੀ ਪੜ੍ਹਾਂਗੇ ਅਤੇ ਸ਼ਾਇਦ ਸਪਸ਼ਟ ਹੋ ਜਾਏ ਵੀ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਮੇਰੇ ਨਾਲ ਅੱਜ ਕੁਦਰਤਨ ਤੁਹਾਡੇ ਗੁਰੂ ਘਰ ਦੇ ਸੇਵਾਦਾਰ ਭਾਈ ਸੁਖਦੇਵ ਸਿੰਘ ਜੀ ਨੇ ਇੱਕ ਗੱਲ ਕੀਤੀ, ਮੇਰੇ ਮਨ 'ਤੇ ਉਹ ਚੋਟ ਕਰ ਗਈ। ਉਹ ਕਿਉਂ? ਕਿਉਂਕਿ ਹਿਰਦਾ ਕਿਸੇ ਕਿਸੇ ਵੇਲੇ ਕੁਝ ਇਕਾਗਰਤਾ 'ਚ ਹੁੰਦਾ, ਉਹ ਧਿਆਨ ਨਾਲ ਸੁਣ ਲੈਂਦਾ। ਅਸੀਂ ਤੁਸੀਂ ਕਈ ਵਾਰੀ ਅਧੂਰਾ ਗਿਆਨ ਰੱਖਦੇ, ਉਹਦੇ ਕਰਕੇ ਸਾਡੇ ਕੋਲ ਪੂਰਨਤਾਈ ਦੀ ਪ੍ਰਾਪਤੀ ਅਸੰਭਵ ਹੋ ਜਾਂਦੀ ਹੈ। ਹੁਣ ਵੇਖੋ ਇੱਥੇ ਬਾਬਾ ਜੀ ਕਹਿੰਦੇ, ਬਾਬਾ ਕਬੀਰ ਜੀ, ਵੀ ਮੈਂ ਆਪਣਾ ਕੰਮ ਬਦਲ ਲਿਆ, ਮੈਂ ਇਹ ਕੰਮ ਨਹੀਂ ਕਰਨਾ, ਤੁਸੀਂ ਦੱਸੋ। ਕਿਉਂਕਿ ਪੁਰਾਣਾ ਪ੍ਰਮਾਣ ਹੈ, ਹੁਣ ਵਾਲੇ ਬੱਚਿਆਂ ਨੂੰ ਸਮਝਾਉਣਾ ਬੜਾ ਕਠਿਨ ਹੋ ਜਾਣਾ ਹੈ। ਪੁਰਾਣੇ ਸਮੇਂ 'ਚ ਜਲਾਏ ਜਦੋਂ ਤਾਣਾ ਤੁਣਦੇ ਸਨ, ਉਣਦੇ ਸਨ, ਅਤੇ ਉਹ ਨਲਕੀ ਦੇ ਵਿੱਚੋਂ ਜੀ ਸੂਤ ਖਿੱਚਦੇ ਸਨ, ਉੱਦਾਂ ਪਰਾਉਂਦਿਆਂ ਕਈ ਵਾਰੀ ਚਿਰ ਲੱਗ ਜਾਂਦਾ ਸੀ। ਇਸ ਕਰਕੇ ਇੱਕ ਪਾਸੇ ਉਹ ਸੂਤ ਸਾਹਮਣੇ ਰੱਖ ਕੇ ਦੂਜੇ ਬੰਨਿਓ ਨਲਕੀ ਨਾਲ ਆਪਣਾ ਮੂੰਹ ਲਾ ਕੇ ਸਾਹ ਖਿੱਚਿਆ ਜਾਂਦਾ ਸੀ ਅਤੇ ਧਾਗਾ ਵਿੱਚੋਂ ਦੀ ਆ ਜਾਂਦਾ ਸੀ, ਉਹਨੂੰ ਖਿੱਚ ਕੇ ਉਪਰੋ ਲੈਂਦੇ ਸਨ। ਹੁਣ ਤੁਸੀਂ ਦੱਸੋ ਵੀ ਇਹ ਧਾਗਾ ਖਿੱਚਣ ਲੱਗਿਆਂ ਸਾਹ ਰੋਕ ਕੇ ਸਾਹ ਖਿੱਚਣ ਗਿਆ ਕਿੰਨਾ ਕੁ ਚਿਰ ਲੱਗਦਾ ਹੈ? ਇੰਨਾ ਚਿਰ ਵੀ ਬੰਦਗੀ ਨਾਲੋਂ ਸਿਮਰਨ ਵਾਲਾ ਬੰਦਾ ਟੁੱਟਣਾ ਨਹੀਂ ਚਾਹੁੰਦਾ, ਅਤੇ ਜਿਹੜਾ ਮੇਰੇ ਵਰਗਾ ਹੁਣ ਸਿਮਰਨ ਕਰਦਾ ਹੀ ਨਹੀਂ, ਬੰਦਗੀ ਕਰਦਾ ਹੀ ਨਹੀਂ, ਉਹਦਾ ਕੀ ਹਾਲ ਹੋਏਗਾ? ਕਹਿੰਦੇ ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਵਿਸਰੇ ਮੇਰਾ ਰਾਮ ਸਨੇਹੀ। ਉਹ ਮੇਰੇ ਨਾਲ ਸਨੇਹ ਕਰਨ ਵਾਲਾ ਰੱਬ ਮੇਰੇ ਨਾਲ ਵਿਛੜ ਜਾਂਦਾ, ਛਿਨ ਮਾਤਰ ਵੀ ਮੈਂ ਉਹਦੇ ਤੋਂ ਦੂਰ ਨਹੀਂ ਰਹਿ ਸਕਦਾ, ਛਿਨ ਮਾਤਰ ਵੀ ਮੈਂ ਉਹਦਾ ਚੇਤਾ ਨਹੀਂ ਭੁਲਾ ਸਕਦਾ। ਹੁਣ ਇਹਨੂੰ ਸੂਤਰ ਨੂੰ ਸਾਹਮਣੇ ਰੱਖ ਕੇ ਆਪਣੇ ਆਪੇ ਨੂੰ ਵੇਖਾਂਗੇ
ਤੇ ਆਪਣੇ ਆਪ ਨਿਰਧਾਰਿਤ ਹੋ ਜਾਏਗਾ ਵੀ ਅਸੀਂ ਕਿੱਥੇ ਕਿ ਜੇ ਖਲੋਤੇ ਹਾਂ। ਆਪਣੇ ਆਪ ਪਤਾ ਲੱਗ ਜਾਏਗਾ ਵੀ ਸਾਡੇ ਸਿਮਰਨ ਵਿੱਚ ਕੋਈ ਤਾਕਤ ਹੈ ਕਿ ਨਹੀਂ ਹੈ। ਦੋ ਘੜੀਆਂ ਠੀਕ ਹੈ, ਮੈਂ ਇਸ ਗੱਲੋਂ ਉਹਨਾਂ ਦਾ ਧੰਨਵਾਦੀ ਹਾਂ ਜਿਹੜੇ ਦੋ ਘੜੀਆਂ ਵੀ ਸਿਮਰਨ ਕਰਦੇ ਨੇ। ਜਿਹੜੇ ਮੇਰੇ ਵਰਗੇ ਬਿਲਕੁਲ ਚੇਤਾ ਭੁਲਾ ਛੱਡਦੇ ਉਹਨਾਂ ਦੀ ਤਾਂ ਬਾਤ ਮੈਂ ਹੁਣ ਕੀ ਕਹਾਂ। ਪਰ ਜਿਨ੍ਹਾਂ ਦਾ ਉੱਧਰ ਪ੍ਰੇਮ ਲਗਾਓ ਹੋ ਗਿਆ, ਅਸਲ ਵਿੱਚ ਉਸ ਸਤੇ 'ਤੇ ਜਾ ਕੇ ਜਦੋਂ ਗੁਰੂ ਕਿਤੇ ਮਿਹਰ ਕਰੇਗਾ ਨਾ ਤਾਂ ਨਿਮਖ ਏਕ ਹਰੀ ਨਾਮ ਦੈ। ਹੁਣ ਅਗਲੇ ਬੰਨੇ ਤੁਸੀਂ ਵਿਆਖਿਆ ਕਰੋ, ਇੱਥੇ ਇਕੱਲੇ ਤਨ ਦੇ ਸੁੱਖ ਨਹੀਂ। ਉਹ ਮੈਨੂੰ ਸਹਿਜ ਬਾਬ ਭਾਈ ਸਾਹਿਬ ਆਂਹਦੇ ਵੀ ਗੁਰੂ ਪਾਤਸ਼ਾਹ ਜੀ ਮਹਾਰਾਜ ਅਸੀਂ ਸੋਚਦੇ ਹਾਂ। ਮੈਂ ਕਿਹਾ ਵੀ ਮੈਂ ਵੀ ਇਹੋ ਸੋਚਦਾ, ਸੱਚਾਈ ਹੈ ਵੀ ਜੇ ਤੇ ਪਾਠ ਪੜ੍ਹੇ ਚਾਰ ਪੈਸੇ ਆ ਜਾਣ ਤਾਂ ਸੱਚੀ ਗੱਲ ਹੈ, ਪਾਠ ਪੜ੍ਹਨ ਦਾ ਕੁਝ ਮਜ਼ਾ ਆ ਗਿਆ, ਕੋਈ ਨਜ਼ਾਰਾ ਆ ਗਿਆ। ਸਿੱਖੀ ਧਾਰਨ ਕਰਨ ਨਾਲ ਕੋਈ ਚਾਰ ਕੌਡੀਆਂ ਇਕੱਠੀਆਂ ਹੋ ਗਈਆਂ, ਜ਼ਿਆਦਾ ਵਧੀਆ ਕੋਠੇ ਬਣ ਗਏ, ਜ਼ਿਆਦਾ ਵਧੀਆ ਕਾਰਾਂ ਮਿਲ ਗਈਆਂ, ਜ਼ਿਆਦਾ ਵਧੀਆ ਬੱਲੇ ਬੱਲੇ ਹੋ ਗਈ, ਫਿਰ ਪੈਸੇ ਕੋਲ ਹੋਣ 'ਤੇ ਸਤੇ ਸੇਧਾ ਵੀ ਇਲਾਜ ਸੌਖਾ ਹੋ ਜਾਂਦਾ ਹੈ। ਇਲਾਜ ਹੋਣ ਕਰਕੇ ਲੰਮੀ ਉਮਰ ਜੀ ਲੈਂਦੀ, ਕਿਉਂਕਿ ਮੇਰੇ ਨਾਲ ਤੁਸੀਂ ਬਹਿ ਕੇ ਕਈ ਵਾਰੀ ਗੱਲਾਂ ਕਰਦੇ ਹੋ। ਗਰੀਬ ਗਿਆਨੀ ਜੀ, ਇੰਡੀਆ ਦੀ ਉਮਰ ਘੱਟ ਰਹੀ ਹੈ ਅਤੇ ਅਮੈਰੀਕਾ ਦੀ ਉਮਰ ਵੱਧ ਰਹੀ ਹੈ। ਮੈਂ ਕਿਹਾ ਮੈਂ ਜਿੰਨੇ ਕੰਕੜੇ ਪੜ੍ਹੇ ਆ ਗੁਸਤਾਖੀ ਮਾਂ, ਮੈਂ ਕਿਸੇ ਦਾ ਵਿਰੋਧੀ ਨਹੀਂ, ਪਰ ਮੈਂ ਇਹ ਵੀ ਪੜ੍ਹਿਆ ਵੀ ਅਮੈਰੀਕਾ 'ਚ ਜਿੰਨੀ ਉਮਰ ਵੱਧ ਰਹੀ ਉਨੇ ਪਾਗਲ ਵੀ ਵੱਧ ਰਹੇ ਨੇ, ਉਨੀਆਂ ਚਿੰਤਾਵਾਂ ਵੀ ਵੱਧ ਰਹੀਆਂ ਨੇ। ਹੁਣ ਜੇ ਬਾਬੇ ਕੋਲੋਂ ਪੁੱਛਿਆ ਤਾਂ ਬਾਬਾ ਨਾਨਕ ਜੀ ਅਤੇ ਜਪਜੀ ਜੀ ਇਹਨੂੰ ਨੈਗੇਟਿਵ ਕਰ ਦਿੰਦੇ ਨੇ ਜੀ। ਉਹ ਆਉਂਦੇ ਸਾਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ, ਕੋਈ ਕਿੰਨੀ ਕੁ ਲੰਮੀ ਜ਼ਿੰਦਗੀ ਜੀਵੀ ਹੈ, ਕੋਈ ਕਿੱਡਾ ਕੁ ਨਾਰ ਖਾ ਕੇ ਜੀਵੀ ਹੈ, ਕੋਈ ਕਿੰਨੀ ਕੁ ਜਾਇਦਾਦ ਛੱਡ ਕੇ ਦੁਨੀਆਂ ਤੋਂ ਗਿਆ, ਕਿਸੇ ਦਾ ਪਰਿਵਾਰ ਕਿੱਡਾ ਕੁ ਵੱਡਾ ਸੀ, ਕਿਸੇ ਦੀ ਇਸ ਦੁਨੀਆਂ 'ਤੇ ਚੱਲਦੀ ਕਿੰਨੀ ਸੀ। ਵੇਖੋ ਤੁਸੀਂ ਜਪਜੀ ਸਾਹਿਬ ਪੜ੍ਹਿਆ ਹੋਏਗਾ, ਉਹਦੇ 'ਚ ਪਾਵਨ ਬਚਨੇ ਵੱਖਰੀ ਗੱਲ ਹੈ ਵੀ ਮੇਰੇ ਵਾਂਗੂ ਬੇਧਿਆਨ ਪੜ੍ਹ ਗਏ ਹੋ, ਨਹੀਂ ਤਾਂ ਇਹਦੇ ਅਰਥ 'ਤੇ ਕੋਈ ਮਨਾਉਣ ਦੀ ਲੋੜ ਨਹੀਂ, ਐਟੋਮੈਟਿਕ ਸੁੱਤੇ ਸਿੱਧ ਅਰਥ ਹੁੰਦੇ ਨੇ। ਅਜੇ ਯੁਗ ਚਾਰੇ ਯਾਰ ਜਾਂ ਹੋਰ ਦਰਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਾਗਲੇ। ਤੇ ਯਾਦ ਰੱਖਿਓ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਨਾਨਕ ਨਿਰਗੁਣ ਗੁਣ ਕਰੇ। ਐਸ ਪੰਕਤੀ ਜਾਣ ਕੇ ਆਸਰਾ ਵੱਜਦਾ, ਜੇ ਤੂੰ ਇੱਦਾਂ ਦਾ ਹੈ ਵੀ ਉਮਰ ਵੱਡੀ ਹੋ ਗਈ ਹੈ, ਹੰਕਾਰ ਆ ਗਿਆ ਵੀ ਮੇਰਾ ਤਾਂ ਹੁਣ ਨਾਮ ਬੜਾ ਤਗੜਾ ਹੈ, ਰਿਸ਼ਤੇਦਾਰ ਮੈਨੂੰ ਪੁੱਛ ਕੇ ਤੁਰਦੇ ਨੇ, ਯਾਦ ਰੱਖੀ ਜੇ ਗੁਰੂ ਦੀ ਨਿਗਾਹ ਦੁਆਰਾ ਪਰਮਾਤਮਾ ਦੀ ਪ੍ਰਵਾਨਗੀ ਨਾ ਲਈ ਤਾਂ ਤੇਰਾ ਜ਼ਿੰਦਗੀ ਜੀਵੀ ਕਿਸੇ ਅਰਥ ਨਹੀਂ। ਹੁਣ ਜੈਤਰੀ ਦੀ ਵਾਰ ਦਾ ਪਾਵਨ ਬਚਨ ਪੜ੍ਹੋ। ਗ੍ਰਹਿ ਰਚਨਾ ਜਾਂ ਪਾਰੰ, ਕਿਉਂਕਿ ਗੁਰੂ ਨਹੀਂ ਨਾ ਲਿਹਾਜ ਕਰਦਾ, ਮੈਂ ਤਾਂ ਡਰ ਜਾਵਾਂਗਾ ਤੁਹਾਡੇ ਕੋਲੋਂ। ਉਹ ਸ਼ੀਸ਼ਾ ਸ਼ੀਸ਼ਾ ਨਹੀਂ ਕਮਾਉਂਦਾ ਜਿਹੜਾ ਸੱਚ ਪੁੱਛੋ ਲਿਹਾਜ ਕਰੇ। ਗ੍ਰਹਿ ਰਚਨਾ ਜਾਂ ਪਾਰੰ, ਮਨ ਭਾਉਂਦੇ ਤੂੰ ਕੋਠੇ ਬਣਾ ਲੈ, ਵੱਡੀਆਂ ਵੱਡੀਆਂ ਸੱਚ ਪੁੱਛੇ ਕੋਠੀਆਂ ਹੋ ਜਾਣ ਤੇਰੇ ਕੋਲ, ਚੰਗੀ ਗੱਲ ਹੈ। ਕਿਉਂਕਿ ਗੁਰਮਤੀ ਆਏ ਤਾਂ ਨਹੀਂ ਗੁਰੂਆਂ ਦਾ ਵੀ ਬਿਲਕੁਲ ਭਿਖਾਰੀ ਬਣ ਕੇ ਜੀਓ। ਮੈਂ ਤਾਂ ਕਈ ਵਾਰੀ ਆਗਿਆ ਕਰਦਾ, ਗੁਰੂ ਤਾਂ ਇੰਨੀ ਖੁੱਲ੍ਹੀ ਜੁੱਟੀ ਦਿੰਦਾ ਹੈ ਭਾਈ, ਉੱਦਮ ਕਰ ਅਤੇ ਜੇ ਤੈਨੂੰ ਸ਼ਹਿਨਸ਼ਾਹ ਵਾਲਾ ਤਾਜ ਮਿਲੇ ਤਾਂ ਪਹਿਨ ਕੇ ਤੁਰ। ਜੇ ਤੈਨੂੰ ਮੇਰੇ ਮਾਲਕ ਨੇ ਚੰਗਾ ਖਾਣਾ ਦਿੱਤਾ, ਚੰਗਾ ਬਾਣਾ ਦਿੱਤਾ, ਚੰਗੀ ਕਾਰ ਦਿੱਤੀ, ਚੰਗੀ ਕੋਠੀ ਦਿੱਤੀ, ਚੰਗੀ ਰਿਸ਼ਤੇਦਾਰੀ ਦਿੱਤੀ ਤਾਂ ਗਣਨੀ ਚਾਹੀਦੀ ਹੈ। ਤੂੰ ਕਿਸੇ ਕੰਗਾਲ ਜਾਂ ਮੰਗਤੇ ਜਾਂ ਭਿਖਾਰੀ ਦਾ ਚੇਲਾ ਹੈ? ਤੂੰ ਤਾਂ ਉਸ ਗੁਰੂ ਦਾ ਸੇਕ ਹੈ ਜਿਹੜਾ 60,000 ਰੁਪਈਏ ਦੀ ਧੁੱਕ ਧੁੱਕੀ ਪਾ ਕੇ ਤਖ਼ਤੇ ਤਾਊਸ 'ਤੇ ਬਹਿੰਦਾ ਸੀ, ਜਿਹਦੇ ਦਸਤਾਰ 'ਤੇ ਕਲਗੀ ਸਜਦੀ ਸੀ, ਅਤੇ ਸੱਚ ਪੁੱਛੋ ਉਹਦੇ 'ਚ ਹੀਰੇ ਮੜੇ ਹੁੰਦੇ ਸੀ। ਉਹਦੇ ਸੱਚੀ ਗੱਲ ਕਈ ਵਾਰੀ ਹਾਸੇ ਪਾਣੀ ਆਖਦਾ, ਉਹ ਦੁਸ਼ਮਣ ਨੂੰ ਜੁੱਤੀ ਮਾਰਦਾ ਸੀ ਪੈਰੋਂ ਲਾਹ ਕੇ, ਅਤੇ ਉਹ ਵੀ ਹੀਰਿਆਂ ਦੀ ਮੜੀ ਮਾਰਦਾ ਸੀ। ਦੁਸ਼ਮਣ ਨੂੰ ਜੰਗ ਦੇ ਮੈਦਾਨ 'ਚ ਤੀਰ ਮਾਰਦਾ ਸੀ, 1.25 ਤੋਲਾ ਸੋਨਾ ਲਾ ਕੇ ਮਾਰਦਾ ਸੀ। ਤੂੰ ਕਿਸੇ ਕੰਗਾਲ ਦਾ ਭਿਖਾਰੀ, ਪਰ ਇੱਕ ਗੱਲ ਯਾਦ ਰੱਖੀ,
अमीरी करके किसी गरीब नू ना दुख ही दुख जिदा आंदा भी तेरी कोठी के नेड़े उहदी झौंपड़ी है तो उहदे नफरत ही करी जा। गुरमति अमीरी इदा दी नहीं है, पर हालात की ने ਉਹ ਪੰਜਵੇਂ ਸਤਿਗੁਰੂ ਜੀ ਨੇ ਖਿੱਚੇ ਨੇ। ਗ੍ਰਹਿ ਰਚਨਾ ਅਪਾਰ ਮਨ ਬਿਲਾਸ ਸਵਾਦੰ ਰਸੈ, ਮਨ ਪਾਉਂਦੇ ਬਿਲਾਸ ਹਾਸੇ ਨੱਚਣੇ ਟੱਪਣੇ ਗਾਉਣੇ। ਉਹਨੇ ਮੈਂ ਕੁਝ ਵੀ ਕਹਿਣਾ ਮੇਰੇ ਨਾਲ ਤੁਸੀਂ ਨਾਰਾਜ਼ ਹੋ ਜਾਣਾ ਵੀ ਸਾਡੇ ਮੁੰਡੇ ਦਾ ਵਿਆਹ ਆਇਆ, ਅਸੀਂ ਨੱਚੀਏ ਨਾ ਟੱਪੀਏ ਨਾ, ਅਸੀਂ ਨਾ ਹੁਣ ਮੈਂ ਇੱਥੋਂ ਕਿਸੇ ਗਾਇਕ ਦਾ ਨਾਂ ਲਵਾਂਗਾ ਤੇ ਪ੍ਰਚਾਰ ਤੇ ਉਹਦਾ ਹੋ ਜਾਣਾ। ਰਾਗੀ ਸਿੰਘ ਕਿਤੇ ਆ ਜਾਣ ਸਹੀ, ਓਹੋ ਹੋ 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 ਕਿਤੇ $50 ਮੰਨਣ ਵੀ ਸਾਡੇ ਕਿਤੇ ਵੀ 3-wheeler ਦਾ ਕਿਰਾਇਆ ਦੇ ਦਿਓ, ਇਹਨਾਂ ਲਾਗੀਆਂ ਤੇ ਲੁੱਟ ਡਾਈ ਆ ਤੁਹਾਡਾ ਭਲਾ ਹੋ ਜੇ। ਉਹ 14 lakh ਲੈਂਦਾ ਇੱਕ ਰਾਤ ਦਾ, ਸੁੱਖ ਨਾ ਆਉਂਦਾ ਸਿੱਖਾਂ ਦੇ ਪਿੰਡਾਂ 'ਚ ਵੀ ਆਉਂਦਾ, 5-5, 6-6 ਕਿਲਿਆਂ 'ਚ ਉਹਦੇ ਪੰਡਾਲ ਲੱਗਦੇ ਨੇ। ਤੇ ਬਾਪੂ ਦੀ ਕਿਰਪਾ ਨਾਲ ਸੱਦਣ ਵਾਲੇ ਕੈਨੇਡਾ ਦੇ ਵਾਸੀ, ਅਮੈਰੀਕਾ ਦੇ ਵਾਸੀ ਰੰਗ ਲੱਗਣਗੇ ਨਾ ਸਿੱਖੀ ਨੂੰ। ਮੈਂ ਮੇਰੇ ਵਰਗਿਆਂ ਦੇ ਗਲ ਪੈਂਦੇ ਗਿਆ ਨੀ ਜੀ, ਪ੍ਰਚਾਰ ਨਹੀਂ ਹੁੰਦਾ। ਮੈਂ ਕਿਹਾ ਕੁੜੀਆਂ ਕਿਤੇ ਉਹ ਨਹੀਂ ਮਿਲਦੀਆਂ, ਜੇ ਮੈਨੂੰ ਮਿਲਦੀਆਂ ਹੁਣ ਤੇ ਮੈਂ ਦੇ ਦਿਆਂ ਤੁਹਾਡੇ ਨਿਆਣਿਆਂ ਨੂੰ। ਮਿੱਤਰੋ ਜੇ 4 ਕੌੜੀਆਂ ਆ ਗਈਆਂ ਤੇ ਵੇਖਿਆ ਕਿਤੇ ਗੁਰਮਤ ਵੱਲ ਪਿੱਠ ਨਾ ਕਰ ਲਿਓ, ਵਰਨਾ ਦਵਾਈ ਰੱਬ ਦੀ ਗੁਰੂ ਲਿਹਾਜ ਨਹੀਂ ਜੇ ਕਰਦਾ। ਵੇ ਰਚਨਾ ਅਪਾਰ ਮਨ ਬਿਲਾ ਸਵਾਦੰ ਰਸੈ, ਕਦਾਂਚ ਇਹਨੂੰ ਤੋੜ ਕੇ ਅੱਤ ਕੀਤੇ ਨੇ ਪੰਡਿਤ ਤਾਰਾ ਸਿੰਘ ਨਰੋਤਮ ਜੀ ਨੇ ਭਗਤ ਬਾਣੀ 'ਚ। ਕਦਾਂਚ 3 ਖੇ ਇੱਥੇ ਬਣਾਏ ਨੇ, ਕਦੇ ਵੀ ਭੁੱਲ ਕੇ ਵੀ ਤੂੰ ਆਪਣੇ ਅੰਤਸ਼ਕਣ ਵਿੱਚ ਉਹਦਾ ਚੇਤਾ ਹੀ ਨਹੀਂ ਕਰਦਾ ਜਿਹਦਾ ਦਿੱਤਾ ਖਾਨਾ ਹੈ। ਕਦਾਂਚ ਮੈਂ ਸਿਮਰੰਤ ਨਾਨਕ, ਜਿਹੜੇ ਇੱਦਾਂ ਕਰਦੇ ਨੇ ਨਾ ਪੰਜਵੇਂ ਸਤਿਗੁਰੂ ਜੀ ਦੀ ਅੱਖ ਗਿਆਨ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਦਿ ਸਤਿਗੁਰੂ ਪਰਿਪੂਰਨ ਪਰਮਾਤਮਾ ਸਰੂਪ ਧਾਰ ਕੇ ਆਇਆ ਹੋਇਆ ਰੱਬ, ਉਹ ਸਾਨੂੰ ਤੁਹਾਨੂੰ ਗਿਆਨ ਦਿੰਦੇ। ਕਦਾਂਚ ਨੈ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕਿਰਮੈ। ਹੁਣ ਮੈਂ ਨਹੀਂ ਜੀ ਆਉਂਦਾ, ਮੇਰੇ ਨਾਲ ਗਲ ਪੈ ਜਾਇਓ। ਮੇਰਾ ਪੰਜਵਾਂ ਸਤਿਗੁਰੂ ਬਾਬਾ ਆਉਂਦਾ ਜੀ ਇਸ ਸ਼ੀਸ਼ੇ ਦੁਆਰਾ, ਵੀ ਜਿਹੜਾ ਬੰਦਾ ਇੱਥੇ ਕੁ ਜੇ ਤੱਕ ਸੀਮਤ ਹੈ ਨਾ, ਵੀ ਕਦੇ ਵੀ ਉਹਨੂੰ ਭੁੱਲ ਕੇ ਵੀ ਰੱਬ ਚੇਤੇ ਨਹੀਂ ਆਇਆ, ਕੇਵਲ ਕੋਠੀਆਂ ਕਾਰਾਂ ਤੇ ਰਿਸ਼ਤੇਦਾਰੀਆਂ ਭਾਈਚਾਰੇ ਬਰਾਦਰੀ 'ਚ ਬੱਲੇ ਬੱਲੇ 'ਚ ਰੁੱਝਾ ਰਿਹਾ, ਮਨ ਪਾਉਂਦੇ ਖਾਣੇ, ਮਨ ਪਾਉਂਦੇ ਪਹਿਨਣੇ, ਮਨ ਪਾਉਂਦਾ ਤੁਰਨਾ ਫਿਰਨਾ, ਮੇਰਾ ਦਾਤਾਂ ਦਾ ਗੰਦਗੀ ਦਾ ਕੀੜਾ ਬਣ ਕੇ ਜ਼ਿੰਦਗੀ ਜੀ ਰਿਹਾ। ਕਦਾਂਚ ਨੈ ਸਿਮਰੰਤ ਨਾਨਕ ਤੇ ਜੰਤ ਬਿਸ਼ਟਾਂ ਕਿਰਮੈ, ਮੋਚੀ ਅਡੰਬਰ ਮਨ ਪਾਉਂਦੇ ਅਡੰਬਰ ਰਚ ਲੈਂਦਾ ਹੈ। ਹਮ ਕੇ ਮੰਜ ਮੁਹੱਬਤ ਨੇ ਸੋ ਸਾਈ ਨੈ ਮਿਸਰੈ, ਨਾਨਕ ਸੋ ਤਨ ਖੇ ਸੁੰਦਰ ਸੇ ਜੀ ਅਨੇਕ ਸੁਖ। ਇਹ ਬਿਲਕੁਲ ਤਰਜਮਾ ਸ਼ੁੱਧ ਪੰਜਾਬੀ, ਕੋਈ ਅਰਥਾਂ ਦੀ ਲੋੜ ਨਹੀਂ। ਸੁੰਦਰ ਸੇ ਜੀ ਅਨੇਕ ਸੁਖ ਰਸ ਭੋਗਣ ਪੂਰੇ। ਮੈਂ ਪੂਰੇ ਤਾਂ ਆਖਿਆ, ਹੁਣ ਮੇਰੇ ਦੰਦ ਦੁਖਦੇ, ਮੈਂ ਪੂਰਾ ਨਹੀਂ ਰਸ ਲੈ ਸਕਦਾ, ਰੋਟੀ ਵੀ ਸੱਚਮੁੱਚੋ ਚੀਤੀ ਨਹੀਂ ਜਾਂਦੀ, ਸ਼ੂਗਰ ਮੈਨੂੰ ਹੋ ਗਈ, ਮੈਨੂੰ ਫਿੱਕੀ ਚਾਹ ਪੀਣੀ ਪੈਂਦੀ, ਮੈਂ ਭੱਜ ਕੇ ਛਾਲ ਨਹੀਂ ਮਾਰ ਸਕਦਾ। ਇੱਕ ਦਿਨ ਭੱਜ ਕੇ ਮਾਰਾਂ, 2 ਦਿਨ ਗਿੱਟੇ ਮਲਦਾ ਰਹਾਂਗਾ। ਪਰ ਜਿਹੜੇ ਸੱਚਮੁੱਚੋ ਭੱਜ ਸਕਦੇ ਨੇ, ਨੱਚ ਸਕਦੇ ਨੇ, ਟੱਪ ਸਕਦੇ ਨੇ, ਭੰਗੜੇ ਪਾ ਸਕਦੇ ਨੇ, ਬਦਾਮ ਸੱਚਮੁੱਚੋ ਜ਼ਬਾਨ ਨਾਲ ਆਪਣੇ ਦੰਦਾਂ ਨਾਲ ਭੰਨ ਸਕਦੇ ਨੇ, ਜਿਹਨਾਂ ਵਿੱਚ ਤਾਕਤ ਹੈ ਸੱਤਿਆ ਹੈ, ਜੇ ਸਿਮਰਨ ਨਹੀਂ ਕੀਤਾ ਮੇਰੇ ਦਾਦਾ ਜੀ ਦੇ ਕਿਸੇ ਅਰਥ ਨਹੀਂ। ਸੁੰਦਰ ਸੇ ਜੀ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਸ ਨਾਈ ਮਸੂਰੇ, ਸੋ ਪ੍ਰਭ ਚਿਤ ਨਾ ਆਵਈ। ਅਗਲਾ ਅਕਰ ਬੜਾ ਕੋੜਾ, ਬਿਸ਼ਟਾ ਕੇ ਕੀਰੇ, ਯਾਦ ਰੱਖ ਬਿਨ ਘਰ ਨਾਮ ਨਾ ਸ਼ਾਂਤ ਹੋਏ ਕਿਤ ਵਿਦ ਮਨ ਧੀਰੇ। ਏਦਾਂ ਦੀਆਂ ਗੱਲਾਂ ਸੁਣ ਕੇ ਮਨ ਡਰ ਜਾਂਦਾ ਨਾ, ਫਿਰ ਬੰਦਾ ਕਹਿੰਦਾ ਮਹਾਰਾਜ ਜੀ ਇਹ ਸਭ ਕੁਝ ਹੀ ਮੇਰੇ ਕੋਲ ਹੈ, ਸਭ ਆਵ ਗੁਣ ਮੈਂ ਗੁਣ ਨਹੀਂ ਕੋਈ, ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਯੋ ਗੁਣ ਖਮਾਰੇ, ਲੂਣ ਹਰਾਮੀ ਗੁਣ ਹੈ ਗਾਰ ਬੇਗਾਨਾ ਅਲਪ ਮਤ, ਜਿਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ, ਲਾਗਾ ਮਾਇਆ ਕਾਰਨ ਦੈ ਦਿਸ ਢੂੰਡਣ ਜਾਏ,
दे मन हार दतार प्रभु निमख ना मने बसाए लालच झूठ विकार मोह या संपे मन मागे लंपट चोर निंदक महा तिन्हू संग बिगाए तुद पावे ता बख्श ले खोटे संग खरे नानक पावे पार ब्रह्म पांगन नीर तरे। महाराज मैं इदां दा दीन आया तुहाडे कोल इस करके तुसी दयालता दा स्वरूप को तुसी औगण नहीं विचार दे। हुण दो कवित भाई जी दे मेरे सामने मैं छेती नाल पढ़ लेना। ना कि नियन उपरूप चित मैं को चिंता माने लोने ना कि नोएन जो लाल न बिलोकी है रस ना रसीली ना कि बेनती बखानो कैसे शर्मण ना सुरत बचन मधोकी है अंग अंग भंग मेरे को ते सारे अंग भंग ने अखां सही नहीं कन सही नहीं खत सही नहीं रोहला टुंडा अंधुला क्यों गल लगे ताए क्यों अजी रोले क्यों अजी टुंडे ना साडे कोल गुरु दा कोई डर रह गया ना कोई पै रह गया। सच पुछो ते हुण गुरु कोल आण के भी मन मर्जियां करदे मन करे मन लेने मन करे नहीं मन दे। ते मेरे दाता जी दी एक गल याद रख जे गुरु कोल आउणा ते सब तों पहिलां इह वेख जे तेरे अंतस्करण च पै है ते तेरे चरण है ने जे पै नहीं ते समझी तू पैरां तों हीणा मनुख है। पै के चरण कर भाव के लोयण सुरत ते सुरत ते टिकाउणी औखी बड़ी है इस करके पै के चरण कर भाव के लोयण सुरत करें नानक कहे सियाणी है इं कल तो मिलावा एदा उस परिपूर्ण परमात्मा नाल मिलाप होना। महाराज फिर हुण साडी ते हालत इहो ही है मेरे दाता जी कहिंदे फिर डर ना अपने गुरु कोल आ जा एक इहो ही है इह इहो जिहां ते दया करदा है इहो जिहां ते सच जाणी हो ये ना सोचो कि मायाधारी नाल बाबे दी ईरखा पर मायाधारियां नूं समझाउण दा तरीका मेरे दाता जी दा वखरा है। ये सौ बार कहने की कोशिश करांगा अज जे मैनूं छुट्टी दे दिओ इत्थे कि जे मैं समाप्ति करनी आ सौ बार क्योंकि कल ऐतवार है ऐतवार मैनूं पता नहीं दुपहरे लड़ीवार कथा हुंदी कि नहीं हुंदी। मेरी कोशिश है सानूं महसूस हो जाए भी वाकया ही असीं दीन आ फिर सानूं उहदी दयालता का एहसास होगा किवें दया करता है ये लगता चेरा सौ बार शाम नूं तुहाडे चरणां च लै के हाजिर होवांगा। इन्हें की अखर प्रवान कर लियो भुलां चुकां दी माफी क्योंकि हुण तुसां कीर्ति नाल जुड़ना है ओ कीर्ति तहें बैकुंठ जह कीर्तन तेरा। पर एक विश्वास रखियो अपने गुरु अगे अंदरों आखियो वी सानू ओ शरदा दे दियो जिहदे नाल सानू ये बैकुंठ लगे फिर सची गल असीं आखांगे सानू मुक्ति नहीं चाहिए सानू ये बैकुंठ की दात मिलनी चाहिए है। ये जिउंदा जागदा रब का मालिक का दिता होया स्वर्ग है ये आनंद लैके अपना लोक सुखिया बना के परलोक सुहेला कर सके जो हार्दिक आप जी सारे का धन्यवाद। वाहेगुरु जी का खालसा जी वाहेगुरु जी की फतेह। संसक पाते महान विद्वान।